ਗੁੰਜੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਵਾਟਸ ਦਾ ਰਣਜੀਤ ਨਿਗਾਰਾ ਰਣਜੀਤ ਨਿਗਾਰਾ ਇਜ਼ ਅ ਨੋਨ ਪ੍ਰੋਫਿਟ ਆਰਗਨਾਈਜੇਸ਼ਨ ਆਫ ਮੰਟੀਕਾ ਸਿਟੀ ਕੈਲੀਫੋਰਨੀਆ ਸਟੇਟ USA ਜੀ ਸਾਡੀ ਨੋਨ ਪ੍ਰੋਫਿਟ ਆਰਗਨਾਈਜੇਸ਼ਨ ਜਿਹੜੀ ਹੈ ਉਹਨੇ ਪਾਕਿਸਤਾਨ ਦੇ ਵਿੱਚ ਵਿੜਾ ਚੁੱਕਿਆ ਹੈ ਉਹਨਾਂ ਗੁਰਧਾਮਾਂ ਦਾ ਜਿੱਥੋਂ ਕਿ ਤੁਸੀਂ ਕਹਿ ਸਕਦੇ ਹੋ ਕਿ 75 ਸਾਲ ਤੋਂ ਪੰਥ ਤੋਂ ਵਿਛੋੜੇ ਗਏ ਨੇ ਅਤੇ ਅੱਜ ਇੱਕ ਬਹੁਤ ਹੀ ਕਹਿ ਲਵੋ ਤੁਸੀਂ ਕਿ ਮਹਾਨ ਹਸਤੀ ਤਮਾਮ ਖਾਲਸਾ ਪੰਥ ਦੀ ਮਾਂ ਦਾ ਦਰਜਾ ਜਿਨ੍ਹਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਰੂਹਾਨੀ ਮਾਂ ਕਿਹਾ ਗਿਆ ਮਾਤਾ ਸਾਹਿਬ ਦੇਵਾਂ ਔਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ ਜਿੱਥੇ ਉਹਨਾਂ ਦੀ ਬਰਥ ਪਲੇਸ ਹੈ ਜਿੱਥੇ ਉਹ ਪੈਦਾ ਹੋਏ ਸਨ ਭਾਈ ਰਾਮੂ ਵਾਸੀ ਜੀ ਦੇ ਘਰ ਜੀ ਬਿਲਕੁਲ ਤੁਸੀਂ ਜਿਹੜੇ ਪਿੱਛੇ ਇਹ ਨਜ਼ਾਰਾ ਦੇਖ ਰਹੇ ਹੋ ਇਹ ਨਜ਼ਾਰਾ ਜਿਹੜਾ ਇਹ ਤੁਹਾਨੂੰ ਉਸ ਘਰ ਦਾ ਹੀ ਨਜ਼ਰ ਆ ਰਿਹਾ ਉਹ ਜਿਹੜਾ ਕਲਸ ਚਮਕ ਰਿਹਾ ਗੁੰਬਦ ਬਣਿਆ ਹੋਇਆ ਉਹ ਜਿਹੜੀ ਜਗ੍ਹਾ ਹੈ ਮੇਨ ਅਸਥਾਨ ਹੈ ਜਿੱਥੇ ਕਿ ਮਾਤਾ ਸਾਹਿਬ ਕੌਰ ਜੀ ਦਾ ਜਨਮ ਹੋਇਆ ਸੀ ਅਤੇ ਰਣਜੀਤ ਨਿਗਾਰਾ ਵਟ ਭਾਗ ਹੈ ਜੀ ਉਹਦੇ ਕਿ ਜਾਗੇ ਨੇ ਉਹਨਾਂ ਦੇ ਕਿ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੇ ਹਿੱਸੇ ਆਈਆਂ ਨੇ ਅਸੀਂ ਤੁਹਾਨੂੰ ਟਾਈਮ ਬਾਏ ਟਾਈਮ ਅਪਡੇਟ ਦਿੰਦੇ ਰਹਿੰਦੇ ਹਾਂ ਔਰ ਉਸ ਅਪਡੇਟ ਦੇ ਵਿੱਚ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਸਾਡਾ ਕਿੰਨਾ ਕੁ ਕੰਮ ਹੋਇਆ ਕਿੰਨਾ ਕੰਮ ਬਾਕੀ ਹੈ ਅਗਰ ਤੁਸੀਂ ਪਿੱਛੇ ਲਾਸਟ ਟਾਈਮ ਤੁਸੀਂ ਦੇਖਿਆ ਹੋਏਗਾ ਤਾਂ ਅਸੀਂ ਉਸ ਵੇਲੇ ਇਹਨਾਂ ਦੀਆਂ ਨੀਹਾਂ ਪੁੱਟੀਆਂ ਜਾ ਰਹੀਆਂ ਸੀ ਉਸ ਵੇਲੇ ਨੀਹਾਂ ਪੁੱਟੀਆਂ ਜਾ ਰਹੀਆਂ ਸੀ ਹੁਣ ਤੁਸੀਂ ਅਗਰ ਦੇਖਦੇ ਹੋ ਤਾਂ ਤਕਰੀਬਨ ਕੋਈ 4-4 ਫੁੱਟ 5-5 ਫੁੱਟ ਜਿਹੜੀ ਹੈ ਉਹ 5-5 ਫੁੱਟ ਜਿਹੜੀ ਹੈ ਹਾਈਟ ਦੀਵਾਰਾਂ ਦੀ ਹੋ ਚੁੱਕੀ ਹੈ ਅੱਗੇ ਚੱਲਦੇ ਹਾਂ ਅਤੇ ਜਾ ਕੇ ਦੇਖਦੇ ਹਾਂ ਕਿ ਗੁਰੂ ਘਰ ਦੇ ਵਿੱਚ ਮਜ਼ੀਦ ਕੀ ਚੱਲ ਰਿਹਾ ਇੱਥੇ ਅਤੇ ਲੱਖਾਂ ਦੁਆਵਾਂ ਅਰਦਾਸਾਂ ਬੇਨਤੀਆਂ ਜਿਹੜੀਆਂ ਨੇ ਉਹ ਪੂਰੀਆਂ ਹੋਣ ਲਈ ਜਾ ਰਹੀਆਂ ਨੇ ਕੀਪ ਸਪੋਰਟ ਟੂ ਰਣਜੀਤ ਨਿਗਾਰਾ ਐਂਡ ਥੈਂਕਸ ਟੂ ਇਵਾਕੂਏਟਰਸ ਪ੍ਰੋਪਰਟੀ ਬੋਰਡ ਐਂਡ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਡ ਗਵਰਨਮੈਂਟ ਆਫ ਦਾ ਪਾਕਿਸਤਾਨ ਕਿ ਵੁਟ ਓ ਅਲਾਓ ਔਰ ਫੁੱਲੀ ਸਪੋਰਟਿਡ ਟੂ ਰਣਜੀਤ ਨਿਗਾਰਾ ਔਨ ਆ ਦਿਸ ਪ੍ਰੋਜੈਕਟ ਆਓ ਚੱਲਦੇ ਹਾਂ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਰੀਬ ਤੋਂ ਕਿ ਕੀ ਚੱਲ ਰਿਹਾ ਅੱਗੇ ਇਹ ਮੇਨ ਇੰਟਰਸਟ ਸੀ ਜਿਹੜੀ ਕਿ ਕਲੋਜ਼ ਹੋ ਚੁੱਕੀ ਹੈ ਇੱਥੋਂ ਇਸ ਜਗ੍ਹਾ ਤੋਂ ਇੰਟਰਸਟ ਨਹੀਂ ਰੱਖੀ ਹੋਈ ਇਹਦੀ ਬੈਕ ਸਾਈਡ ਦੇ ਤੋਂ ਇੰਟਰਸਟ ਆਪਾਂ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਆਓ ਜੀ ਇੱਥੋਂ ਜ਼ਰਾ ਕੈਮਰਾ ਮਾਰੋ ਅੰਦਰ ਅਤੇ ਤੁਸੀਂ ਜ਼ਰਾ ਦਿਖਾਓ ਹਾਂਜੀ ਜੀ ਤੁਸੀਂ ਦੇਖ ਰਹੇ ਹੋ ਕਿ ਸੇਵਾਵਾਂ ਚੱਲ ਰਹੀਆਂ ਨੇ ਔਰ ਦੀਵਾਰ ਜਿਹੜੀ ਹੈ ਉਹ ਕਾਫੀ ਹੱਦ ਤੱਕ ਬਣ ਚੁੱਕੀ ਹੈ ਠੀਕ ਹੈ ਜੀ ਜਿਹੜਾ ਮੇਨ ਕੰਮ ਸੀ ਉਹ ਸੀ ਦੀਵਾਰ ਦਾ ਜੀ ਇਸ ਜਗ੍ਹਾ ਦੇ ਉੱਤੋਂ ਇਹ ਰਸਤਾ ਜਿਹੜਾ ਮੇਨ ਜਾ ਰਿਹਾ ਇਹ ਜਾ ਰਿਹਾ ਹੈ ਕਿਲ੍ਹਾ ਰੋਹਤਾਸ ਦੇ ਅੰਦਰ ਠੀਕ ਹੈ ਜੀ ਜਿਹੜੀ ਮੇਨ ਸ਼ਾਹੀ ਪਵੀਲੀਅਨ ਹੈ ਉਸ ਪਾਸੇ ਜਾ ਰਿਹਾ ਔਰ ਇਸ ਪਾਸੇ ਇਹ ਜਿਹੜਾ ਰਸਤਾ ਹੈ ਥੱਲੇ ਉਤਰ ਰਹੇ ਹਾਂ ਅਸੀਂ ਜਿਸ ਜਗ੍ਹਾ ਤੋਂ ਇਹ ਰਸਤਾ ਜਿਹੜਾ ਉਹ ਗੁਰੂ ਘਰ ਨੂੰ ਜਾਂਦਾ ਠੀਕ ਹੈ ਜੀ ਇਹ ਜਗ੍ਹਾ ਜਿਹੜੀ ਹੈ ਇਹਨੂੰ ਬਰਾਬਰ ਕਰਕੇ ਫਲੈਟ ਕਰਕੇ ਇੱਥੇ ਕਾਰ ਪਾਰਕਿੰਗ ਬਣਾ ਕੇ ਔਰ ਇੱਥੋਂ ਇੰਟਰਸਟ ਜਿਹੜੀ ਹੈ ਗੁਰੂ ਘਰ ਦੀ ਰੱਖੀ ਜਾਏਗੀ ਹਾਂਜੀ ਜੀ ਇਸ ਜਗ੍ਹਾ ਤੋਂ ਜਿਹੜਾ ਉਹ ਰਸਤਾ ਰੱਖਿਆ ਜਾਏਗਾ ਗੁਰੂ ਘਰ ਦਾ ਦੇਖ ਸਕਦੇ ਹੋ ਕਿ ਕਿੰਨੀ ਜਗ੍ਹਾ ਨੀਵੀਂ ਹੈ ਤੁਸੀਂ ਇੱਥੇ ਤੱਕ ਇੱਥੋਂ ਹਦੂਦ ਸ਼ੁਰੂ ਹੋਏਗੀ ਗੁਰੂ ਘਰ ਦੀ ਘੱਟੋ ਘੱਟ ਤਕਰੀਬਨ 10 ਫੁੱਟ ਦਾ ਫਾਸਲਾ ਕਹਿ ਸਕਦੇ ਹੋ ਤੁਸੀਂ 8-10 ਫੁੱਟ ਨੀਵਾਂ ਹੋਰ ਦੀਵਾਰੀ 4 ਦੀਵਾਰੀ ਤੁਸੀਂ ਦੇਖੋ ਉੱਥੋਂ
ਅੱਗੇ ਚੱਲਦੇ ਹਾਂ। ਮੇਨ ਦੀਵਾਨ ਹਾਲ ਕਿੱਥੇ ਬਣਨਾ? ਇਹ ਉਹ ਜਗ੍ਹਾ ਹੈ ਜਿੱਥੇ ਕਿ ਮੇਨ ਦੀਵਾਨ ਹਾਲ ਬਣਨਾ ਹੈ, ਠੀਕ ਹੈ ਜੀ। ਔਰ ਇਹ ਵਾਲ ਐਕੁਆਇਰ, ਜਿੱਥੋਂ ਜਿੱਥੋਂ ਵਾਲ ਲੱਗੀ ਹੋਈ ਹੈ, ਇੰਨਾ ਰਕਬਾ ਜਿਹੜਾ ਉਹ ਅਕੁਆਇਰ ਕਰ ਲਿੱਤਾ ਗਿਆ ਗੁਰੂ ਘਰ ਵਾਸਤੇ। ਜੀ ਪਹਿਲੇ ਹੱਲੇ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਜਿੰਨੀ ਜਗ੍ਹਾ ਅਸੀਂ ਅਕੁਆਇਰ ਕੀਤੀ ਹੈ ਉਹਦੀ ਚਾਰ ਦੀਵਾਰੀ ਨੂੰ ਫੇਰਨਾ। ਚਾਰ ਦੀਵਾਰੀ ਫੇਰਨ ਤੋਂ ਬਾਅਦ ਹੀ ਬਾਕੀ ਕੰਮ ਜਿਹੜਾ ਉਹ ਹੋਏਗਾ। ਇਹ ਤੁਸੀਂ, ਤੁਹਾਨੂੰ ਅਸੀਂ ਬਾਹਰੋਂ ਦਰਸ਼ਨ ਕਰਵਾਏ ਨੇ ਬੈਕ ਸਾਈਡ ਤੋਂ, ਠੀਕ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਇੱਕ ਸਾਈਡ ਤੋਂ 4 ਫੁੱਟ ਹੈ, ਇੱਕ ਪਾਸੋਂ 5 ਫੁੱਟ ਤੱਕ ਬਣ ਚੁੱਕੀ ਹੈ। ਯਾਨੀ ਕਿ ਕੰਮ ਜਿਹੜਾ ਉਹ ਚੱਲ ਰਿਹਾ ਜਿਹੜਾ ਇਸ ਨਵੀਅਤ ਦੇ ਨਾਲ ਕਿ ਕੁਝ ਅਰਸੇ ਦੇ ਵਿੱਚ ਤੁਹਾਨੂੰ ਉੱਚੀਆਂ ਦੀਵਾਰਾਂ ਮਿਲ ਜਾਣਗੀਆਂ। ਔਰ ਜਿਸ ਤਰ੍ਹਾਂ ਕਿ ਭਾਈ ਸਤਪ੍ਰੀਤ ਸਿੰਘ ਜੀ ਨੇ ਪੂਰਾ 3D ਡਾਇਮੈਂਸ਼ਨ ਦੇ ਉੱਤੇ ਤੁਹਾਨੂੰ ਦਿਖਾਇਆ ਕਿ ਗੁਰੂ ਘਰ ਦੇ ਵਿੱਚ ਕਿਸ ਕਿਸ ਤਰੀਕੇ ਨਾਲ ਸੇਵਾਵਾਂ ਹੋਣਗੀਆਂ, ਕਿੱਥੇ ਕਿੱਥੇ ਕਿਹੜਾ ਸਥਾਨ ਬਣੇਗਾ ਔਰ ਕਿਸ ਤਰੀਕੇ ਦੇ ਨਾਲ ਇਹ ਗੁਰਘਰ ਜਿਹੜਾ ਉਹ ਤੋੜ ਚੜੇਗਾ। ਅਤੇ ਪਹਿਲੇ ਇੱਕ ਗੱਲ ਸੀ ਕਿ ਵੀ ਗੁਰੂ ਘਰ ਸਾਂਭੇ ਨਹੀਂ ਜਾ ਰਹੇ ਜੀ, ਹੁਣ ਗੁਰੂ ਘਰ ਸਾਂਭੇ ਜਾ ਰਹੇ ਨੇ, ਸੇਵਾਵਾਂ ਜਾਰੀ ਨੇ। ਹੁਣ ਆਪ ਸਭ ਤੋਂ ਬੇਨਤੀ ਹੈ ਕਿ ਰਣਜੀਤ ਨਿਗਾਰਾ ਦੇ ਨਾਲ ਵੱਧੋ ਵੱਧ ਹੱਥ ਵੰਡਾਓ ਤਾਂ ਕਿ ਰਣਜੀਤ ਨਿਗਾਰਾ ਇਹਨਾਂ ਗੁਰੂ ਘਰਾਂ ਦੀ ਸੇਵਾਵਾਂ ਜਿਹੜੀਆਂ ਨੇ ਉਹ ਪੂਰੀਆਂ ਵੀ ਕਰ ਸਕੇ, ਔਰ ਨਾਲ ਦੀ ਨਾਲ ਹੀ ਗੌਰਮੈਂਟ ਆਫ ਪਾਕਿਸਤਾਨ ਤੋਂ ਅਗਲੇ ਜਿਹੜੇ ਗੁਰੂ ਘਰ ਨੇ ਉਹਨਾਂ ਦੀ ਵੀ ਪਰਮਿਸ਼ਨ ਲੈ ਸਕੇ। ਇਹ ਖਾਲੀ ਇੱਕ ਗੁਰੂ ਘਰ ਨਹੀਂ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੌਹਾ ਬਾਬਾ ਗੁਰੂ ਨਾਨਕ ਸਾਹਿਬ ਹੈ, ਗੁਰਦੁਆਰਾ ਭਾਈ ਕਰਮ ਸਿੰਘ ਜੇਹਲਮ ਦੇ ਵਿਖੇ ਹੈ, ਔਰ ਉਸ ਤੋਂ ਬਾਅਦ ਰੋਹਤਾਸ ਕਿਲ੍ਹੇ ਵਿਖੇ ਜਿਹੜਾ ਤੁਸੀਂ ਦੇਖ ਰਹੇ ਹੋ ਜਨਮ ਸਥਾਨ ਮਾਤਾ ਸਾਹਿਬ ਦੇਵਾਂ ਜੀ ਔਰ ਮਾਤਾ ਸਾਹਿਬ ਕੌਰ ਜੀ ਉਹਨਾਂ ਦਾ ਅਸਥਾਨ ਹੈ। ਫਿਰ ਉਸ ਤੋਂ ਬਾਅਦ ਟਿੱਲਾ ਜੋਗੀਆਂ ਹੈ, ਔਰ ਇਸ ਤੋਂ ਬਾਅਦ ਵੀ ਅਨੇਕਾਂ ਗੁਰਦੁਆਰਿਆਂ ਦੀ ਸੇਵਾਵਾਂ ਜਿਹੜੀਆਂ ਨੇ ਉਹਦੀ ਉਮੀਦ ਅਸੀਂ ਰੱਖਦੇ ਹਾਂ ਕਿ ਪਾਕਿਸਤਾਨ ਗੌਰਮੈਂਟ ਔਰ ਏਵਾਕੀ ਟਰੱਸਟ ਪ੍ਰੋਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਵਨ ਦੇ ਨਾਲ ਰਣਜੀਤ ਨਿਗਾਰਾ ਅੱਗੇ ਵੀ ਵਧੇਗਾ ਔਰ ਅੱਗੇ ਵੀ ਸੇਵਾ ਨਿਭਾਏਗਾ, ਲੇਕਿਨ ਉਸ ਸੂਰਤ ਦੇ ਵਿੱਚ ਜਦੋਂ ਤੁਸੀਂ ਹੱਥੋਂ ਹੱਥ ਉਹਦੇ ਨਾਲ ਸਾਥ ਦੇਵੋਗੇ, ਠੀਕ ਹੈ ਜੀ। ਕਿਸੇ ਕਿਸਮ ਦੀ ਵੀ ਤੁਸੀਂ ਅਗਰ ਸੇਵਾ ਕਰਨਾ ਚਾਹੁੰਦੇ ਹੋ, ਸੇਵਾ ਨਿਭਾਉਣਾ ਚਾਹੁੰਦੇ ਹੋ, ਅਤੇ ਉਹਦੇ ਵਾਸਤੇ ਤੁਸੀਂ ਸਿਰਫ ਔਰ ਸਿਰਫ ਰਣਜੀਤ ਨਿਗਾਰਾ ਔਫੀਸ਼ੀਅਲ ਪੇਜ ਦੇ ਉੱਤੇ ਹੀ ਰਾਬਤਾ ਕਰ ਸਕਦੇ ਹੋ, ਉਹਨਾਂ ਦੇ ਔਫੀਸ਼ੀਅਲ ਅਕਾਊਂਟ 'ਤੇ ਹੀ ਰਾਬਤਾ ਕਰ ਸਕਦੇ ਹੋ। ਰਣਜੀਤ ਨਿਗਾਰਾ ਔਨ ਦਾ ਸਪੋਟ ਜਾਂ ਔਨ ਦਾ ਪਲੇਸ ਪਾਕਿਸਤਾਨ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਵੀ ਸੇਵਾ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਦਾ। ਤੁਸੀਂ ਹਰ ਕਿਸਮ ਦੀ ਸੇਵਾ ਜਮ੍ਹਾਂ ਕਰਾਉਣ ਵਾਸਤੇ ਔਨਲਾਈਨ ਅਮੈਰੀਕਨ ਬੈਂਕ ਦਾ ਹੀ ਜੋ ਰਾਬਤਾ ਦਿੱਤਾ ਗਿਆ ਹੈ, ਜੋ ਕੋਂਟੈਕਟ ਦਿੱਤਾ ਗਿਆ, ਉਹਦੇ 'ਤੇ ਹੀ ਤੁਸੀਂ ਆਪਣੀ ਜਿਹੜੀ ਮਨੀ ਹੈ ਡਿਪੋਜ਼ਿਟ ਕਰਵਾਉਣੀ ਹੈ। ਤਾਂ ਸੋ ਕੋਈ ਵੀ ਅਗਰ ਬੰਦਾ ਤੁਹਾਨੂੰ ਕਹਿੰਦਾ ਕਿ ਵੀ ਮੈਂ ਕੰਟਰੀ ਹੈੱਡ ਹਾਂ, ਕੰਟਰੀ ਡਾਇਰੈਕਟਰ ਹਾਂ, ਅਤੇ ਹੀ ਇਜ਼ ਟੈਲਿੰਗ ਅ ਲਾਈ ਵਿਦ ਯੂ, ਤੁਹਾਡੇ ਨਾਲ ਝੂਠ ਬੋਲ ਰਿਹਾ। ਸੋ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਅੱਜ ਦੀ ਵੀਡੀਓ ਖਤਮ ਕਰਦਾ ਹਾਂ ਕਿ ਫਿਰ ਕਹਾਂਗਾ ਕਿ ਰਣਜੀਤ ਨਿਗਾਰਾ ਦੁਨੀਆਂ ਦੇ ਵਿੱਚ ਉਹ ਵਾਹਿਦ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈ ਕਿ ਜਿਨ੍ਹਾਂ ਨੂੰ ਰੱਬ ਨੇ ਇਹ ਹਿੰਮਤ ਬਖਸ਼ੀ ਹੈ ਕਿ ਉਹ ਇਹਨਾਂ ਦਰਾਂ ਦੇ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਨੇ, ਜਿਹਦੇ ਵਾਸਤੇ ਤੁਸੀਂ ਸੁਬਹ ਸ਼ਾਮ ਅਰਦਾਸਾਂ ਕਰ ਰਹੇ ਹੋ।